हेलो दोस्तों, तो सब्सक्राइब कीजिए हमारे आस्क डॉक्टर मक्कर चैनल को और बेल आइकन को भी प्रेस कीजिए ताकि आप देख सके हमारी लेटेस्ट वीडियोस सबसे पहले। हां जी, तुझे दवाई खाई सी वोकल पोलिप दी या गले की सर्जरी दी? हां जी, हां जी। हुन किवें है तोड़ा? हां डॉक्टर साहब, थन मैं दिखाया सी कि शाम को मेरी आवाज बिल्कुल बंद ही हो जांदी सी, थोड़ी दवाई नाल आराम आया। मैं चंडीगढ़ मोहाली सारे ਜਿੰਨੇ ਵੀ ENT ਸਪੈਸ਼ਲਿਸਟ ਸੀ ਸਾਰਿਆਂ ਨੇ ਆਪਰੇਸ਼ਨ ਦੱਸਤਾ ਸੀ, ਸਿਰਫ ਤੁਹਾਡੀ ਦਵਾਈ ਨਾਲ ਹੀ ਮੇਰੇ ਨੂੰ ਆਰਾਮ ਆਇਆ ਕਿ ਮੇਰੀ ਇੰਨੀ ਆਵਾਜ਼ ਨਿਕਲਣ ਲੱਗ ਗਈ। ਹੁਣ ਆਪਰੇਸ਼ਨ ਤਾਂ ਨਹੀਂ ਕਰਾਉਂਦੇ? ਨਹੀਂ ਨਹੀਂ, ਲੋੜ ਨਹੀਂ ਪਈ ਜੀ, 2 ਸਾਲ ਹੋ ਗਏ ਤੁਹਾਡੀ ਦਵਾਈ ਖਾਂਦੇ ਮੈਨੂੰ, ਪਰ ਹੁਣ ਬਿਲਕੁਲ ਓਕੇ ਹੈ ਜੀ। ਇਹ ਲੋਕਾਂ ਨੂੰ ਵੀ ਸਜੈਸਟ ਕਰਦੇ ਹੋਮੋਪੈਥਿਕ? ਹੋਮੋਪੈਥਿਕ ਦਵਾਈ ਲਓ ਜੀ, ਡਾਕਟਰ ਸਾਹਿਬ ਤੋਂ ਲਓ ਦਵਾਈ ਆ ਕੇ, ਤੁਹਾਨੂੰ ਕੋਈ ਆਪਰੇਸ਼ਨ ਦੀ ਲੋੜ ਨਹੀਂ, ਕੁਛ ਲੋੜ ਨਹੀਂ ਪੈਣੀ। ਮੇਰੀ ਆਪਰੇਸ਼ਨ ਦੀ ਨੌਬਤ ਆ ਗਈ ਸੀ, ਚੰਡੀਗੜ੍ਹ ਮੋਹਾਲੀ ENT ਹਰੇਕ ਕੋਲ ਮੈਂ ਗਿਆ, ਹਰੇਕ ਨੇ ਆਪਰੇਸ਼ਨ ਦੱਸਿਆ, ਡਾਕਟਰ ਸਾਹਿਬ ਕੋਲ ਆ ਕੇ ਹੀ ਮੇਰਾ ਗਲਾ ਠੀਕ ਹੋਇਆ। ਚਲੋ ਠੀਕ ਹੈ, ਸ਼ੁਕਰੀਆ।